ਮੇਰੇ ਜਿੰਨੇ ਪਰਚੇ ਦੇ ਤੇ ਕੋਲ ਲੰਘਦੀ ਨੂੰ ਲੋਕ ਸਿਆਣਦੇ ਨੇ ਉਹ ਤੇ ਮੇਰੇ ਕਰਕੇ ਗੱਡੀ ਨੂੰ ਬਾਕੀ ਗੱਡੀ ਤੋਂ ਮੈਨੂੰ ਜਾਣਦੇ ਨੇ ਵਿੱਚ ਬੈਠਾ ਪੁੱਤ ਸਰਦਾਰਾ ਦਾ ਮੇਰੇ ਨੰਬਰ ਪਲੇਟਾਂ ਕੌਣ ਤੱਕਦਾ ਨਹੀਂ ਏ ਉੱਡ ਉੱਡ ਪੈਂਦੀ ਆ ਖਾਣ ਨੂੰ ਨਹੀਂ ਮੈਂ ਜਦੋਂ ਕਲੱਚ ਤੋਂ ਪੈਰ ਚੱਕਦਾ ਮੇਰੀ ਰਾਣੀ ਸੁੰਦਰਾ ਲੱਗਦੀ ਆ ਚੜਿਆ ਲਾਏ ਟੈਰ ਨੂੰ ਨਹੀਂ ਮੇਰੀ ਨਿਕਲਦੇ ਹਾਂ ਮੌਸਮ ਬਹੁਤ ਵਧੀਆ ਆ
ਟਰੱਕ ਦੇ ਲੋ ਉਦੋਂ ਧਵਾਇਆ ਨਾ ਨਾ ਮੱਛਰਾਂ ਮੱਖੀਆਂ ਨਾਲ ਵੱਟ ਵੱਟ ਕੇ ਟਰੱਕ ਫੇਰ ਗੰਦਾ ਹੋ ਗਿਆ ਚਲੋ ਕੋਈ ਨਹੀਂ ਧਵਾਵਾਂਗੇ ਇਹਨੂੰ ਲੋਕ ਕੇ ਹੁਣ ਠੀਕ ਆ ਜੀ ਖਾਓ ਖੁੱਲੀ ਹਾਂਜੀ ਕਿੱਦਾਂ ਸਾਰੇ ਦੋ ਜੀ ਆਪਾਂ ਕੰਪਨੀ 'ਚ ਚੈਕਿੰਗ ਕਰਵਾ ਦਿੱਤਾ ਆ ਅਤੇ ਕਿੰਨਾ ਡੋਰ ਥ੍ਰੀ 'ਚ ਟਰੱਕ ਪਾਰ ਕਰਦੇ ਆ ਟਰੱਕ ਨਿਕਲੂਗਾ ਵਾਈਟ ਇੱਥੋਂ ਫਿਰ ਆਪਾਂ ਕਰਾਂਗੇ ਮੀਂਹ ਪੈਣ ਦਿਆ ਆ ਇੱਥੋਂ 90 ਕੁ ਮੀਲਾਂ 'ਤੇ ਜਾਣਾ ਆਪਾਂ ਲੋਡ ਚੱਕਣ ਬਾਅਦ ਵਿਊ ਚੈੱਕ ਕਰੋ ਬੱਦਲ ਕਿੰਨੇ ਸੋਹਣੇ ਲੱਗਦੇ ਹੈ ਨਾ ਠੀਕ ਹੈ ਜੀ ਮਿਲਦੇ ਹਾਂ ਜੀ ਫਿਰ ਮੀਂਹ ਪੈਂਦਾ ਸੀਗਾ ਟਰੱਕ ਦਾ ਐਕਸੀਡੈਂਟ ਹੋ ਗਿਆ ਘੁੰਮ ਕੇ ਇਹਨੂੰ ਹੀ ਆ ਗਿਆ ਇੱਥੋਂ ਗਿਆ ਵੀ ਧਿਆਨ ਨਾਲ ਚਲਾਇਆ ਕਰੋ ਸਾਰੇ ਜਾਣੇ ਆਪਾਂ ਇਹੀ ਕਹਿੰਦੇ ਹਾਂ ਧਿਆਨ ਨਾਲ ਚਲਾਇਆ ਹਾਂਜੀ ਕਿੱਦਾਂ ਸਾਰੇ ਹੋਰ ਕਿੱਦਾਂ ਚੜ੍ਹਦੀ ਕਲਾ ਜੀ ਮੈਨੂੰ ਇੱਕ ਬਾਈ ਨੇ ਮੈਸੇਜ ਕੀਤਾ ਸੀਗਾ ਕਹਿੰਦਾ ਬਾਈ ਚੜ੍ਹਦੀ ਕਲਾ ਵੀ ਨਾਲ ਕਿਹਾ ਕਰ ਸੋ ਕਿੱਦਾਂ ਸਾਰੇ ਚੜ੍ਹਦੀ ਕਲਾ ਸਾਰਿਆਂ ਠੀਕ ਠਾਕ ਆ ਜੀ ਵਧੀਆ ਜੀ ਲੋ ਆਪਾਂ ਇੱਥੇ ਆਏ ਲੋਡ ਚੰਗ ਘਰਾਂ ਦੇ ਵਿੱਚ ਅਤੇ ਸਾਈਡ 'ਤੇ ਘਰ ਆ ਲੋਕਾਂ ਦੇ ਅਤੇ ਆਹ ਕੰਪਨੀ ਆ ਟਰੱਕ ਇੱਥੇ ਪਾਰ ਕੀਤਾ ਆ ਥੱਲੇ ਨੀਵਾਂ ਆ ਇੰਨੀ ਸੀ ਬਸ ਮੋਰੀਓ ਸਪੇਸ ਟਰੱਕ ਲਾਇਆ ਇੱਥੇ ਲੋਡ ਹੁੰਦਾ ਆ ਤਾਂ ਫਿਰ ਨਿਕਲਦੇ ਹਾਂ ਆਪਾਂ ਉਹਨਾਂ ਨੇ ਆਉਂਦੇ ਨੇ ਡਾਕ ਦੇ ਤੇ ਆਉਂਦੇ ਲੋਡ ਕਰਨਾ ਸ਼ੁਰੂ ਕਰਤਾ ਅਤੇ ਲੋਕਾਂ ਦੇ ਘਰ ਬਹੁਤ ਸੋਹਣੇ ਆ ਇੱਥੇ ਬਹੁਤ ਵੱਡੇ ਵੱਡੇ ਘਰ ਆ ਲੋਕਾਂ ਦੇ ਇੱਧਰ ਗਰਾਜ ਆ ਵਿਚਾਰੇ ਦਾ ਕਿਸੇ ਦਾ ਉਹ ਬਹੁਤ ਵਧੀਆ ਵੀ ਕੰਪਨੀ ਆ ਛੋਟੀ ਮੋਟੀ ਕੰਪਨੀਆਂ ਨਾਲੇ ਖੋਲ੍ਹੀਆਂ ਆ ਰੀਫਰ ਵੀ ਪਾਰ ਕੀਤਾ ਕਿਸੇ ਨੇ ਟਰੱਕਰ ਨੇ ਸੋ ਵਧੀਆ ਆ ਮੈਨੂੰ ਵਧੀਆ ਲੱਗਾ ਆਈ ਵਾ ਉੱਦਾਂ ਵੀ ਮੈਂ ਬਹੁਤ ਵਾਰੀ ਆਇਆ ਪਰ ਘਰਾਂ ਦੇ ਵਿੱਚ ਇੱਥੇ ਸ਼ਾਇਦ ਆਇਆ ਹੋਊਗਾ ਅੱਗੇ ਵੀ ਪਰ ਵਧੀਆ ਲੱਗਾ ਮੈਨੂੰ ਖੁੱਲ੍ਹੇ ਖੁੱਲ੍ਹੇ ਇਲਾਕੇ ਆ ਅਤੇ ਇੱਦਾਂ ਜਰਸੀ ਸਿਟੀ ਚਿੱਤਾ ਆਪਾਂ ਲਾਸਟ ਟਾਈਮ ਮੈਂ ਦੋ ਕੁ ਵੀਕਾਂ ਪਹਿਲਾਂ ਲੋਡ ਲਾਇਆ ਸੀਗਾ
ਉੱਥੇ ਕਿੰਨਾ ਟਾਈਟ ਸੀਗਾ, ਘਰਾਂ ਦੇ ਵਿੱਚ ਕੰਪਨੀ ਸੀ, ਬਹੁਤ ਔਖਾ ਸੀ। ਪਰ ਇੱਥੇ ਆਈਵਾਜ਼ ਵਿੱਚ ਬਹੁਤ ਵੱਡੇ ਵੱਡੇ ਘਰ ਆ ਅਤੇ ਬਹੁਤ ਵੱਡੀਆਂ ਵੱਡੀਆਂ ਸੜਕਾਂ, ਖੁੱਲੀਆਂ ਸੜਕਾਂ ਆ, ਟਰਾਕੀ ਸੀ ਪਾਰਕ ਹੋ ਜਾਂਦਾ ਟਰ। ਸੋ ਠੀਕ ਹੈ ਜੀ, ਇੱਥੋਂ ਲੋਡ ਹੁੰਦਾ ਆ, ਕਾਫੀ ਬਣਾਉਂਦੇ ਹਾਂ ਅਤੇ ਫਿਰ ਨਿਕਲਦੇ ਹਾਂ ਜੀ ਆਪਾਂ। ਠੀਕ ਹੈ ਜੀ, ਸਾਰੇ ਲਓ ਜੀ ਆਪਾਂ ਇੱਥੇ ਰੁਕ ਗਏ ਹਾਂ ਪਾਇਲਟ ਦੇ ਪੰਪ 'ਤੇ। ਓ ਹਾਂ, ਰਾਤ ਦੇ ਹੈਗੇ 12:30 ਅਤੇ ਪੀਜ਼ਾ ਲਿਆ ਸੀਗਾ ਰਸਤੇ 'ਚ, ਉਹ ਗਰਮ ਹੁੰਦਾ ਪਿਆ ਆ, ਖਾ ਲਈਏ ਅਤੇ ਫਿਰ ਸੋਈਏ। ਠੀਕ ਹੈ ਜੀ, ਅਤੇ ਮਿਲਦੇ ਹਾਂ ਵੀ ਤੁਹਾਨੂੰ ਸਵੇਰ ਨੂੰ ਆਪਾਂ। ਠੀਕ ਹੈ ਜੀ, ਓਕੇ ਜੀ, ਸਾਰਿਆਂ ਨੂੰ ਗੁੱਡ ਨਾਈਟ। ਹਾਂਜੀ, ਕਿੱਦਾਂ ਸਾਰੇ? ਜੀ ਤੇਲ ਪਵਾ ਲਿਆ ਟਰੱਕ 'ਚ, ਹੁਣ ਫੂਡ ਖਾਣਾ ਟਰੱਕ 'ਚ ਬਹਿ ਕੇ, ਐਨਰਜੀ ਡਰਿੰਕ ਲੈ ਲਈ ਆ, ਪੀਵਾਂਗੇ ਅਤੇ ਜਾਵਾਂਗੇ ਵਾਪਸ ਮੁੜੇ ਅਸੀਂ ਆਲੂ।
ਗਰਮੀ ਹੋਈ ਪਈ ਹੈ ਯਾਰ, ਬਹੁਤ ਜ਼ਿਆਦਾ। ਉੱਧਰ ਠੰਡ ਸੀਗੀ, ਇੱਧਰ ਗਰਮੀ। ਸੂਟ ਦੇਖੋ ਬੜਾ ਕਿੰਨਾ ਸੋਹਣਾ, ਵੱਡਾ ਸੂਟ, ਸਲਿੱਪਰ ਵੱਡਾ, ਐਗਜ਼ੋਸਟ ਵੀ ਵੱਡੇ ਪਵਾਏ ਆ। ਸੋ ਠੀਕ ਆ ਜੀ, ਮਿਲਦੇ ਹਾਂ, ਰੋਟੀ ਪਾਣੀ ਛਕ ਲਈਏ। ਹਾਂਜੀ, ਕਿੱਦਾਂ ਸਾਰੇ, ਠੀਕ ਠਾਕ ਜੀ? ਲਓ ਜੀ, ਆਪਾਂ ਆ ਗਏ ਜਾੜ 'ਚ, ਅਤੇ ਇਹ ਲੋਡ ਲੱਥਣਾ ਮੰਡੇ ਨੂੰ, ਮੰਡੇ ਲੋਡ ਲਾਵਾਂਗੇ ਅਤੇ ਫਿਰ ਚੱਕਾਂਗੇ ਅਗਲਾ ਲੋਡ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਸਾਰੇ ਜਣੇ ਆਪਣਾ ਖਿਆਲ ਰੱਖਿਓ, ਅਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ। ਬਹੁਤੀ ਗੱਲ ਨਹੀਂ ਹੁੰਦੀ ਕਿਉਂਕਿ ਸਿਰ ਬਹੁਤ ਜ਼ਿਆਦਾ ਦੁਖਣ ਦਿਆ ਆ, ਅਤੇ ਮੈਂ ਟਾਇਰਡ ਬਹੁਤ ਜ਼ਿਆਦਾ ਹੋਇਆ ਪਿਆ ਹਾਂ, ਮੈਂ ਸਿਰ ਫਟਣ ਦਿਆ ਆ ਮੇਰਾ। ਸੋ ਇਸ ਕਰਕੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਅਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਥੈਂਕ ਯੂ, ਅਤੇ ਸਾਰੇ ਜਣੇ ਆਪਣਾ ਰੱਖਿਓ ਖਿਆਲ, ਅਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਵਿੱਚ ਸਲਾਖਾਂ ਜ਼ਿੰਦਗੀ, ਮੇਰੇ ਵਿੱਚ ਸਲਾਖਾਂ।